ਹੀ ਹੈ ਉਹ ਜਿਹੜੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਉਸ ਉਹਨਾਂ ਵਾਅਦਿਆਂ ਤੋਂ ਮੁੱਕਰੀ ਹੈ। ਉਹ ਅਧਿਆਪਕਾਂ ਨੂੰ, ਕੱਚੇ ਅਧਿਆਪਕਾਂ ਨੂੰ, ਹਰ ਇੱਕ ਨੂੰ ਉਹਨੇ ਵਾਅਦਾ ਕੀਤਾ ਸੀ ਅਸੀਂ ਪੱਕਾ ਰੁਜ਼ਗਾਰ ਤੁਹਾਡਾ ਕਰਾਂਗੇ, ਪਰ ਉਹ ਇਸ ਵਾਅਦੇ 'ਤੇ ਖਰਾ ਨਹੀਂ ਉਤਰੀ। ਅਸੀਂ 2.5 ਸਾਲ ਤੋਂ ਸੜਕਾਂ 'ਤੇ ਲੁੜ ਰਹੇ ਹਾਂ, ਸਾਡੇ ਨਾਲ ਇਹਨਾਂ ਦਾ ਸਿੱਖਿਆ ਮੰਤਰੀ, ਮੁੱਖ ਮੰਤਰੀ ਮੀਟਿੰਗ ਨਹੀਂ ਕਰਦਾ ਹੈਗਾ, ਇਸ ਕਰਕੇ ਪੰਜਾਬ ਸਰਕਾਰ ਦਾ ਪੈਸਾ ਲੱਗਿਆ। ਜਿਹੜੇ ਹੁਣੇ ਸਕੂਲ ਆਫ ਐਮੀਨੈਂਸ ਖੋਲ ਰਹੇ ਨੇ ਉਹ ਇਕੱਲੇ ਆਮ ਆਦਮੀ ਪਾਰਟੀ ਦੇ ਨੇ, ਖਰਚਾ ਤਾਂ ਪੰਜਾਬ ਸਰਕਾਰ ਕਰ ਰਹੀ ਹੈ ਨਾ, ਉਹ ਪੰਜਾਬ ਦੇ ਲੋਕਾਂ ਦਾ ਪੈਸਾ, ਉਹ ਪੈਸਾ ਲੱਗ ਕੇ ਸਕੂਲ ਬਣੇ ਹੋਏ ਨੇ ਅਤੇ ਪੰਜਾਬ ਸਰਕਾਰ ਦੇ ਲੋਕਾਂ ਦਾ ਪੈਸਾ ਲੱਗਿਆ ਹੋਇਆ ਜਿਹੜਾ ਪੰਜਾਬ ਦੇ ਲੋਕਾਂ ਦਾ, ਉਹਨੂੰ ਇੱਕੋ ਪਰੋਖੇ ਕਿਵੇਂ ਕਰ ਸਕਦੇ ਨੇ, ਉਹਨਾਂ ਸਕੂਲਾਂ ਨੂੰ ਪਾਸੇ ਕਿਵੇਂ ਕਰ ਸਕਦੇ ਨੇ, ਜਦੋਂ ਕਿ ਇਹਨਾਂ ਨੇ ਵਾਅਦੇ ਕੀਤੇ ਨੇ ਵੀ ਅਸੀਂ ਹਰ ਇੱਕ ਨੂੰ ਪੱਕਾ ਰੁਜ਼ਗਾਰ ਦੇਵਾਂਗੇ, ਸਾਡੇ ਨਾਲ ਇਹ ਵਾਅਦਾ ਕਰਕੇ ਆਏ ਨੇ। ਤੁਸੀਂ ਸੋਚ ਕੇ ਦੇਖੋ, 10 ਸਾਲ ਤੋਂ ਅਸੀਂ ਇਹਨਾਂ ਸਕੂਲਾਂ 'ਚ ਕੰਮ ਕਰ ਰਹੇ ਹਾਂ, ਸਾਲਾਨਾ ਵਾਧਾ ਹਰ ਇੱਕ ਮੁਲਾਜ਼ਮ ਦਾ ਹੱਕ ਹੈ, ਬੁਨਿਆਦੀ ਹੱਕ ਹੈ ਵੀ ਸਾਲ ਬਾਅਦ ਉਹਦੀ ਤਨਖਾਹ ਵਿੱਚ ਵਾਧਾ ਹੋਣਾ ਹੀ ਚਾਹੀਦਾ। 10 ਸਾਲ ਵਿੱਚ ਸਾਡੀ ਤਨਖਾਹ ਵੀ 2 ਵਾਰ ਵਾਧਾ ਹੋਇਆ, ਉਹ ਵੀ 2300 ਰੁਪਈਆ, 10 ਸਾਲ ਵੀ 2300 ਰੁਪਈਆ ਕੁੱਲ ਵਾਧਾ ਹੋਇਆ। ਇਹਨਾਂ ਦੀ ਸਰਕਾਰ ਨੂੰ ਤੀਸਰਾ ਸਾਲ ਚੜ ਗਿਆ, ਸਾਡੇ ਹੁਣ ਇੰਕਰੀਮੈਂਟ ਲੱਗਣੇ ਸੀ, ਕੋਈ ਇੰਕਰੀਮੈਂਟ ਨਹੀਂ ਲੱਗੇ ਹੈਗੇ, ਪੱਕਾ ਕਰਨਾ ਤਾਂ ਦੂਰ ਦੀ ਗੱਲ ਹੈ। ਮੈਰੀਟੋਰੀਅਸ ਦਾ ਨਾਮ ਮੁੱਖ ਮੰਤਰੀ ਦੀ ਜ਼ੁਬਾਨ 'ਤੇ ਨਹੀਂ ਆਉਂਦਾ ਹੈ, ਇੰਨੀਆਂ ਮੈਰਿਟਾਂ ਆਈਆਂ ਨੇ ਪੰਜਾਬ ਦੀ, 320 ਚੋਂ 86 ਮੈਰਿਟਾਂ ਆਈਆਂ ਨੇ, ਪਰ ਮੁੱਖ ਮੰਤਰੀ, ਸਿੱਖਿਆ ਮੰਤਰੀ ਨੇ ਮੈਰੀਟੋਰੀਅਸ ਦਾ ਨਾਂ